ਭਾਈ ਆਏ ਨੇ ਜੀ ਆਪਣੇ ਰੇੜੇ ਨਾਲ ਚਨਕਾ ਵਾ ਠੀਕ ਕਰਾਉਣ। ਬਾਦਸ਼ਾਹ ਜੀ ਆਪ ਬਾਈ ਕੋ ਰੇੜਾ ਕਹਿ ਰਹੇ, ਇਤਨਾ ਕਾਮ ਕਰਾਇਆ ਖਰਚਾ ਯਾਰ, ਰੇੜਾ ਉਸੇ ਕਹਤੇ ਹੈ ਜੋ। ਅਸਲਾਮ ਵਾਲੇਕੁਮ, ਅੱਲਾਹ ਪਾਕ ਨੇ ਸ਼ੁਕਰ ਨਾਲ ਅੱਜ ਨਵੇਂ ਲੋਕ ਕਰਨੇ ਆ ਜੀ ਸ਼ੁਰੂ। ਆ ਸਭ ਤੋਂ ਪਹਿਲੇ ਤੁਹਾਨੂੰ ਰੱਦ ਕਰਨੇ ਆ, ਜਿਹੜਾ ਕੱਲ ਕੀਤਾ ਸੀ ਤਿਆਰ, ਇਹਨੇ ਟੈਂਗੀ ਢਾਬੇ ਤੇ ਲਾਇਆ ਸੀ ਸਮੋਕ ਬਲੈਕ। ਨੁਮਾਨ ਬਾਈ ਪੂਰੀ ਗੱਡੀਆਂ ਖੋਲਣ ਲੱਗੇ ਜੀ। ਨੁਮਾਨ ਬਾਈ ਕਿਉਂ ਇਸ ਕੋ ਆਪਣੇ ਖੋਲ ਛੋੜਾ ਹੈ? ਸਰ ਇਸਮੇ ਕਿਸੇ ਨੇ ਅਲਟਰੇਸ਼ਨ ਕੀਆ ਥਾ, ਕੰਪਰੈਸਰ ਗਲਤ ਲਗਾ ਤਾ, ਉਸ ਚੀਜ਼ ਹੋ ਗਿਆ, ਇਸ ਕੋ ਕੰਪਰੈਸਰ ਚੇਂਜ ਕਰੋ, ਸਾਰਾ ਸਫਾਈ ਕਰਨਾ ਪੜੇਗਾ ਇਸ ਕਾ ਵੀ। ਇਹ ਤੇ ਨੁਮਾਨ ਬਾਈ ਲੰਮੀ ਸਟੋਰੀ ਸੁਣਾ ਛੋੜੀ ਹੈ ਜੀ, ਹੋਰ ਕੋਈ ਰਾਹ ਤੱਕ ਨਹੀਂ ਆ ਜੀ। ਯਾਸਰ ਬਾਈ ਆਏ ਨੇ ਜੀ ਅਡਿਆਲਾ ਰੋਡ, ਜਿਹੜਾ ਸਟਾਫ ਨੇ ਮਸ਼ਹੂਰ ਸ਼ਵਰਮੇ ਵਾਲੇ ਆਪਣੀ ਪੀਲੀ ਪਰੀ ਲੈ ਕੇ ਆਏ ਨੇ। ਜਿਹੜੇ ਪੰਜ ਛਨੇ ਬਣਾ ਸਨ ਆਪਣੇ ਟਾਪਿਆਂ ਦੇ ਬਾਈਕ ਨੇ ਆਦੇ, ਇਹ ਚੈੱਕ ਕਰੋ ਜੀ। ਇਸਨੇ ਅੱਗੇ ਆਗੂ ਨਾਹੁਣ ਜਿਹੜੇ ਨੇ ਉਹ ਵੀ ਲਾਲ ਕਲਰ ਨੇ ਆ ਸਨ, ਮਸ਼ੀਨ ਵਿੱਚ ਅਹਿਮਦ ਬਾਈ ਟੇਪ ਲਾਈ ਹੈ। ਅਸੇ ਬਾਈ ਆਏ ਨੇ ਜੀ ਆਪਣੇ ਰੇੜੇ ਨਾਲ ਚਨਕਾ ਵਾ ਠੀਕ ਕਰਾਉਣ। ਬਾਦਸ਼ਾਹ ਜੀ ਆਪ ਬਾਈਕ ਕੋ ਰੇੜਾ ਕਹਿ ਰਹੇ, ਇਤਨਾ ਕਾਮ ਕਰਾਇਆ ਖਰਚਾ। ਯਾਰ ਰੇੜਾ ਉਸੇ ਕਹਤੇ ਹੈ ਜੋ ਲਾਈ ਪੇ ਨਿਊਟਰਲ ਕਰੇ ਨਾ ਖੁਦ ਰੁੜ ਜਾਏ। ਅੱਛਾ ਵੋ ਵਾਲਾ, ਹਾਂ ਵੋ ਰੇੜਾ, ਮਤਲਬ ਆਪਣੇ ਪਿਆਰੇ ਸੇ 70 ਕਾ ਚਨਕਾ ਵਾ ਤਿਆਰ ਕਰਾਨੇ ਆਏ ਹੈ ਜੀ, ਆਪਕੋ ਡਿਜ਼ਾਈਨ ਦਿਖਾਤੇ ਹੈ, ਆਪ ਸਹੀ ਹੈ ਨਾ? ਯਾਸਰ ਬਾਈ ਦਾ ਬਾਈਕ ਹੋ ਗਿਆ ਜੀ ਕੰਪਲੀਟ, ਚੈੱਕ ਕਰੋ ਜੀ, ਇਹ ਆ ਗਿਆ ਟੈਂਕੀ ਦਾ ਡਿਜ਼ਾਈਨ ਤੇ ਟਾਪੇ ਚੈੱਕ ਕਰੋ, ਬੈਕ ਸ਼ਾਕ ਤੇ ਰਿਮ ਦੀਆਂ ਪੱਟੀਆਂ ਵੀ ਆ ਗਈਆਂ ਜਨਾਬ ਪੀਲੀਆਂ, ਥੋੜਾ ਥੋੜਾ ਪੀਲਾ ਗਾਰਡ ਸੀ ਵਸਾਂ ਦੇ ਪੂਰਾ ਕਾਰ ਛੋੜਿਆ। ਹੁਣ ਜਨਾਬ ਟਾਈਮ ਹੋ ਗਿਆ ਖਾਣੇ ਨਾਲ ਤੇ ਅਹਿਮਦ ਬਾਈ ਗਏ ਨੇ ਅੱਜ ਸ਼ਾਹ ਜੀ ਨੀ ਦਾਲ ਲੈਣ ਗੁਲਸ਼ਨ ਆਬਾਦ, ਤੇ ਹੁਣ ਮੁੜਦੇ ਨੇ ਤੇ ਫਿਰ ਜਨਾਬ ਮਿਲਦੇ ਹਾਂ। ਖਾਣਾ ਲੈ ਕੇ ਆ ਗਏ ਨੇ ਜਨਾਬ, ਹੁਣ ਖਾਣਾ ਖਾਂਦੇ ਹਾਂ ਤੇ ਫਿਰ ਤੁਹਾਡੇ ਨਾਲ ਮਿਲਦੇ ਹਾਂ ਜੀ। ਇਹ ਜਨਾਬ ਨੰਬਰ ਪਲੇਟ ਨਾਲ ਡਿਜ਼ਾਈਨ ਚੈੱਕ ਕਰੋ। ਦਿਨ ਨੇ ਖਾਣੇ ਤੋਂ ਬਾਅਦ ਹੁਣ ਜੀ ਮੈਂ ਰਾਤ ਨਾਲ ਖਾਣਾ ਖਾਣ ਲੱਗਾ, ਦਿਨ ਟਾਈਮ ਵਲੌਗ ਕਿਉਂ ਨਹੀਂ ਕੰਪਲੀਟ ਹੋ ਸਕਿਆ, ਮੈਂ ਤੁਹਾਨੂੰ ਇਹ ਵੀ ਦੱਸਦਾ। ਪਹਿਲੇ ਜਨਾਬ ਚੈੱਕ ਕਰੋ, ਅੱਜ ਮੁਰਗੀ ਦੇ ਕਰੇਲੇ ਪੱਕੇ, ਕਿਉਂ ਬੇਟੀ ਚੋਰ ਕਰ ਦੀ ਹੈ ਮੇਰੀ ਜਾਨ? ਉਹਦੀ ਵਜ੍ਹਾ ਇਹ ਸੀ ਜੀ ਕਿ ਰਜ਼ਾ ਸ਼ਾਹ ਜੀ ਦੀ ਸਿਹਤ ਥੋੜ੍ਹੀ ਖਰਾਬ ਹੋ ਗਈ ਸੀ ਅਤੇ ਹੁਣ ਅਲਹਮਦੁਲਿਲਾ ਠੀਕ ਹਨ, ਅਤੇ ਉਹ ਟੈਸਟ ਅੱਜ ਤਰ੍ਹਾਂ ਕਰਾਏ ਨੂੰ ਉਹਨਾਂ ਨੇ, ਅਤੇ ਇਸ ਵਜ੍ਹਾ ਤੋਂ ਵਲੌਗ ਨਹੀਂ ਕੰਪਲੀਟ ਹੋ ਸਕਿਆ। ਹੁਣ ਥੋੜ੍ਹੀ ਦੇਰ ਆਪਣੀ ਗੁੜੀਆ ਨਾਲ ਖੇਡ ਸਾਂ, ਅਤੇ ਫਿਰ ਕੱਲ੍ਹ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ। ਜਿਹਨਾਂ ਬਰਾਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਮੈਂ ਦਿਓ ਇਜਾਜ਼ਤ, ਅੱਲਾ ਹਾਫਿਜ, ਬਾਏ ਬਾਏ ਕਰੋ। ਓ ਗੁੜੀਆ ਵੀ ਸਭ ਕੋ ਬਾਏ ਬਾਏ ਕਰ ਰਹੀ ਹੈ।